ਕੋਲ ਇਹ ਪੁੱਛਣਿਆ ਕਿ ਕਾਰੀ ਨਸੀਰ ਸਾਹਿਬ ਅਗਰ JKLF ਦੀ ਕਿਆਦਤ ਨਾ ਕਰਨੇ ਇੱਕ ਸਿਆਸੀ ਨਜ਼ਰੀਆਤੀ ਕਾਰਕੁਨ ਸੌਰੀ ਨਾ ਬਣਨੇ ਤੇ ਫਿਰ ਕਾਰੀ ਨਸੀਰ ਸਾਹਿਬ ਕਿਹ ਬਣਨ ਵਾ ਬਸ ਜਿਹੜੇ ਹਾਲਾਤ ਦੱਸਣੇ ਮੈਂ ਜ਼ਿਆਦਾਤਰ ਮਾਲਾ ਨਾਲ ਕੰਮ ਕਰਾਂ ਹਲ ਬਕਰੀਆਂ ਭੇਡਿਆਂ ਨਾਲ ਮੰਜੀ ਰੱਖਾਂ ਆਪਣੀਆਂ ਤਾਂ ਲੋਕਾਂ ਦੀ ਖਿਦਮਤ ਕਰਾਂ ਕਿਉਂਕਿ JKLF ਤੋਂ ਇਲਾਵਾ ਤਾਂ ਨਾ ਮੈਂ ਕੀ ਕੋਈ ਗੁੱਸਾ ਪੈਸਾ ਸੱਚਾ ਬੰਦਾ ਲੱਭਣਾ ਤਾਂ ਨਾ ਮੈਂ ਕੋਈ ਸੱਚੀਆਂ ਕਹਾਣੀਆਂ ਹੀ ਨਾ ਲਈਆਂ ਸਾਰਿਆਂ ਆਪਣੀਆਂ ਆਪਣੀਆਂ ਨਿੱਕੀਆਂ ਨਿੱਕੀਆਂ ਹਾਡੀਆਂ ਅਗਰ ਹਾਡੀਆਂ ਨਾ ਮੈਂ ਤਾਂ ਇਸ ਨੇ ਤੂੰ ਦੇਖੋ ਨਾ ਕਿ ਇਹ ਰੋੜਾ ਉੱਪਰ ਬੈਠੇ ਨੇ ਤਾਂ ਕਮ ਅਜ਼ ਕਮ ਇਹਦਾ ਕਿ ਤੁਸ ਦਿਓਬੰਦੀ ਆਪਣੇ ਤਰੀਕੇ ਨਾਲ ਅੱਛਣ ਬਰੇਲਵੀ ਆਪਣੇ ਤਰੀਕੇ ਨਾਲ ਅੱਛਣ ਤਬਲੀਗ ਵਾਲੇ ਆਪਣੇ ਤਰੀਕੇ ਨਾਲ ਅੱਛਣ ਕਾਛੀ ਪੁੱਛਣ ਵਾ ਤੁਸਾਂ ਨਾ ਪ੍ਰੋਬਲਮ ਕਹਿ ਤੇ ਪਤਾ ਸਾਰੀ ਦੁਨੀਆ ਕਿ ਅਸਾਂ ਨਾ ਪ੍ਰੋਬਲਮ ਆਜ਼ਾਦੀ ਹੈ ਆਜ਼ਾਦੀ ਹੋ ਸੀ ਤਾਂ ਮੰਦਰ ਵੀ ਮਹਿਫੂਜ਼ ਹੋ ਸੀ ਮਸਜਿਦ ਵੀ ਮਹਿਫੂਜ਼ ਹੋ ਸੀ ਆਜ਼ਾਨ ਵੀ ਮਹਿਫੂਜ਼ ਹੋ ਸੀ ਦਰਿਆ ਵੀ ਮਹਿਫੂਜ਼ ਹੋ ਸੀ ਤੇ ਜੰਗਲਾਤ ਵੀ ਮਹਿਫੂਜ਼ ਹੋ ਸਨ ਜਦੋਂ ਭੇਡਾਂ ਬੱਕਰੀਆਂ ਘਰਾਂ ਖੁੱਲੀ ਗੱਛਣ ਤੇ ਜਦੋਂ ਤੱਕ ਉਹਨਾਂ ਦੀ ਪੋੜੀ ਬੰਦਾ ਬੰਨਣਾ ਨਾ ਤਾਂ ਰੋਟੀ ਨਹੀਂ ਪਕਾਈ ਬੱਚਿਆਂ ਦੇ ਨਾ ਕਿ ਉਹ ਮਾਲ ਸਾਰਾ ਕੀ ਖਾਈ ਛੋਲੇ ਫਸਲ ਤਬਾਹ ਹੋਈ ਗਈ ਸੀ ਤਾਂ ਇਸ ਲਈ ਹਿੰਦੁਸਤਾਨ ਦੀ ਫੌਜ ਖੁੱਲੀ ਵੀ ਉਹ ਫਸਲ ਤਬਾਹ ਕਰਨੀ ਬੰਦਿਓ ਸਮੇਤ ਖਾਈ ਜਾਣੀ ਬੱਚੇ ਵੀ ਖਾਣੀ ਔਰਤਾਂ ਵੀ ਖਾਣੀ ਮਰਦ ਵੀ ਖਾਣੀ ਤਾਂ ਜੋ ਅੰਦਰ ਛੁੱਤੇ ਵੇ ਅੱਲਾਹੁ ਅਕਬਰ ਇਸ ਲਈ ਨਮਾਜ਼ ਨਹੀਂ ਇਸ ਲਈ ਜਹਾਦ ਫਰਜ਼ ਹੋਇਆ ਵਾ ਅੱਛਾ ਅੱਛਾ ਕਾਰੀ ਸਾਹਿਬ ਮੁਖਤਸਰ ਨਿੱਕੇ ਨਿੱਕੇ ਸਵਾਲ ਤੁਸੀਂ ਕੋਲ ਪੁੱਛਣਾ ਇਹ ਜਿਹੜਾ ਤਹਿਰੀਕੇ ਆਜ਼ਾਦੀ ਹੈ ਕਸ਼ਮੀਰ ਬਿਲਖਸੂਸ JKLF ਇੱਕ ਬੜਾ ਤਵੀਲ ਸਫ਼ਰ ਤੁਸੀਂ ਕੱਟਿਆ ਇਸ ਵਿੱਚ ਬਹੁਤ ਸਾਰੀਆਂ ਮੁਸ਼ਕਿਲਾਂ ਆਈਆਂ ਕਦੇ ਐਸਾ ਨਹੀਂ ਹੋਇਆ ਕਿ ਇਸ ਸਫ਼ਰ ਨੇ ਦੌਰਾਨ ਜਿਸ ਤਰ੍ਹਾਂ ਬਾਜ਼ ਔਕਾਤ ਆਈ ਕਲੇ ਆਸ ਇਸ ਤਹਿਰੀਕ ਨਹੀਂ ਗਲਾ ਘਰ ਨਿਕਲਣਾ ਆਂਦਰਾਲੀ ਡੰਡ ਕਰਨੇ ਵੇ ਨਾ ਗੱਛਿਆ ਵੇ ਕੁਤੇ ਅੱਗੇ ਨਾ ਗੱਛਿਆ ਕਿੰਨੇ ਹੋਣਿਆ ਤੁਸੀਂ ਕਿੰਨੇ ਵੀ ਕਦੇ ਇਸ ਤਰ੍ਹਾਂ ਦੇ ਵਾਕਾਤ ਪੇਸ਼ ਆਏ ਕਦੇ ਆਂਦਰਾਲੀਏ ਮਾਰਿਆ ਹੋਵੇ ਮੈਂ ਇੱਕ ਤੜਾ ਰਾਤੀ 12 ਵਜੇ ਕੋ ਆਰਾਮਲੇ ਕੋਟਾ ਨੇ ਕੋ ਦੋਸਤ ਦਾ ਉਹਨੇ ਫੋਨ ਕੀਤਾ ਹੈ ਕਾਰੀ ਜੀ ਮਹਜ ਜੀ ਉਹਨਾਂ ਆਇਆ ਸੁੱਤੇ ਹੋ ਤਾਂ ਮੈਂ ਸੁੱਤਾ ਸਾਂ ਮਗਰ ਮੈਂ ਉੱਠੀ ਟੈਟ ਹੋਈ ਤਾਂ ਬੋਲੇ ਮੈਂ ਜੀ ਜੀ ਹਜ਼ਰਤ ਕੀ ਬਾਤ ਹੈ ਇਸਾ ਤੱਕ ਮੈਂ ਸੋਚਾ ਵਾ ਬੰਦਾ ਅੱਗੇ ਹੀ ਪਰੇਸ਼ਾਨ ਹੈ ਤਾਂ ਮੈਂ ਉੱਠਣਾ ਮੈਂ ਬੈਠਣਾ ਮੈਂ ਅਗਰ ਮੈਂ ਇਸਕੀ ਹੋਰ ਪਰੇਸ਼ਾਨ ਹੋ ਤਾਂ ਹੋਰ ਪਰੇਸ਼ਾਨ ਹੋ ਸੀ ਤਾਂ ਮੈਂ ਜਨਾ ਸਿੱਧਾ ਹੋਈ ਤਾਂ ਮੈਂ ਜੀ ਹਜ਼ਰਤ ਮੈਂ ਬੈਠਾ ਹਾਂ ਕਾ ਆਖਣੇ ਹੋ ਉਹ ਆਇਆ ਜੀ ਸਾਲਾ ਇੱਕ ਬੰਦਾ ਉੱਥੇ ਬੁਣ ਡਿਊਟੀ ਕਰਨਾ ਸਾਦਾ ਉਹ ਬਿਮਾਰ ਹੋ ਗਿਆ ਤੇ ਉਸਕੀ ਨਾ ਕੋਈ ਡਾਕਟਰ ਹੈ ਉੱਥੇ ਨਾ ਕੋਈ ਗੱਡੀ ਹੈ ਤਾਂ ਮੈਂ ਕੋ ਮਸਲਾ ਨਹੀਂ ਮਾੜੇ ਦੋਸਤ ਨੇ ਉਹ ਮਹਿਮੂਦ ਸਾਹਿਬ ਮਾੜੇ ਪੜੋਸਰ ਰਹੇ ਨੇ ਮੈਂ ਉਹਨਾਂ ਵੀ ਫੋਨ ਕੀਤਾ ਗੱਡੀ ਨਹੀਂ ਆਇਆ 12:30 ਵਜੇ ਸੋ ਲੱਗਿਆ ਫਿਰ ਰਾਵਲੇ ਗੋਟਾ ਸੁੰਦਾ ਲਈ ਖੜਿਆ ਤੇ 3 ਵਜੇ ਉਸਕੀ ਟੀਕਾ ਲਾਇਆ ਹੋਸ਼ਾ ਹੀ ਜਾਇਆ ਤੇ ਮੁੜੀ ਜਨਾਬ ਉਸਕੀ ਕਹਿਰਾਣੀ ਛੋੜੀ ਦਾ ਸੁੱਕਿਆ ਤੇ ਮਾੜੀ ਬੁੱਢੀ ਮੈਂ ਉਸ ਕੋਲੋਂ ਆਣ ਲਈ ਕੁਦ ਜੁਲਿਆ ਮੈਂ ਹੋਇਆ ਕੋਈ ਬੰਦਾ ਬਿਮਾਰ ਹੈ ਆਣ ਲਈ ਛੋੜੋ ਉਸਕੀ ਆਹੋਗੇ ਇਸ ਲਈ ਨਹੀਂ ਤਾਂ ਮੈਂ ਕਿਹਾ ਚਲੀਏ ਮਾੜੇ ਕੋਲ ਡਿਗਰੀ ਆਈ ਹੈ ਜੀ ਤੇ ਇਸ ਉਪਰ ਵੀ ਮੈਂ ਜਨਾਬ ਮੰਗਣਾ 10,000 ਰੁਪਇਆ ਲੋੜਨਾ ਬਹੁਤ ਸਾਰੇ ਲੋਕ ਆਪਣੀ ਜ਼ਬਾਨ ਵਿੱਚ ਤਕਰੀਰ ਨਹੀਂ ਕਰ ਰਹੇ ਕੋਈ ਉਰਦੂ ਵਿੱਚ ਕਰ ਰਹੇ ਕੋਈ ਇੰਗਲਿਸ਼ ਵਿੱਚ ਕਰ ਰਹੇ ਕਾਰੀ ਨਸੀਰ ਕੀ ਪਹਾੜੀ ਵਿੱਚ ਕਰ ਰਹੇ ਉਰਦੂ ਵੀ ਅਸ਼ਨੀ ਇੰਗਲਿਸ਼ ਵੀ ਤੁਟੀ ਭਾਜੀ ਅਸ਼ਨੀ ਇੰਗਲਿਸ਼ ਵਿੱਚ ਸੁਲਾਈ ਨਹੀਂ ਆਗੇ ਅਰਬੀ ਵੀ ਅਸ਼ਨੀ ਤਾਂ ਗੱਲ ਇਹ ਹੈ ਕਿ ਯੋ ਅਹਿਸਾਸ ਕਮਤਰੀ ਚ ਮੁਬਤਲਾ ਦੇ ਜਿਹੜੇ ਜਿਹਨਾਂ ਕੀ ਇਹ ਗੱਲ ਕਰਨੇ ਮੈਂ ਸਦਰ ਆਜ਼ਾਦ ਕਸ਼ਮੀਰ ਜਨਾਬ ਸਰਦਾਰ ਮਹਿਸੂਦ ਸਾਹਿਬ ਆਏ ਬੰਜੋ ਸਾਹਿਬ ਵੇਲੀ ਸਕੂਲ ਹੀ ਮਾੜਾ ਬੱਚਾ ਪੜ੍ਹਨਾ ਆ ਤਾਂ ਉੱਥੇ ਤਕਰੀਬਨ 20% ਪੜ੍ਹੇ ਸੇ ਦਾ ਬਾਕੀ 10% ਇੰਗਲਿਸ਼ ਨੇ ਨਸੇ ਸਮੀ ਨੇ 90% ਆਪਣਾ 80% ਉਹਨਾਂ ਥਰੂ ਆਊਟ ਇੰਗਲਿਸ਼ ਹੀ ਕੀਤੀ
जिस अशनी से भी ताड़िया मारा जिस वैसी अशनी वो भी ताड़िया मारा मैं क्या वो ये बैठे ने प्यार ड्रामे कर रहे एक बच्चा सा होता है बंजोसे ना उसे पढ़िया के जनाब माड़े सोने सोने जंगल वो माड़िया सोनिया सोनिया ए चाड़िया वो माड़े सोने सोने पानी ते उपरा टीना उपरा पानी पेना ते सोना सोना चूना ते ड्रमे बिच बाने वो माड़े आ कश्मीरा सारे लोगों ताड़ी मारी मैं आखिया वो सदरा की शर्म अशनी चाहिए इंग्लिश उपर कुछ ताड़ी नहीं मारी पहाड़ी उपर लोग ताड़ी मारी तैसोड़ी अपनी जबान अपनी होनी उन बकरिया नहीं जबान दी मलैरा नहीं जबान दी उन लोग शेर गल इसकी अपनी जबान जड़ी गल होनी गल होनी लंघी बाज कबूतर नी डुग डुगू डुग डुगू वगैरह पी अच्छा या कबूतर कड़ा का बोलना कश्मीरी जनाब अली होटल बैठा हुआ चोल देख रहा हूँ ना भाई क्या चाहिए आपको चाय चाहिए चाय चाहिए चाय की चाय चाहिए बेचारे को सीधी आती नहीं सीधी चाय पीना वा पापा चाय पीना चंगी मोटी करी गल पाओ चाय पी सकता गल समझा चाय पत्थरों पार चढ़ी इतने सारे बुले चौकाई उपले चौकाई बदमाश ने पत्थरों पार चले पुलिस वाला सामने शहर अस परदेशी दिया शहर परदेशी दिया असल मसला क्या है असल मसला लीडरों ने हमारी कौम को बुंदेल बनाया हुआ है हम दलेर कौन है भाई बोलो कौन है कौन है कश्मीरी बोलो कौन है कश्मीरी हम कौन है पूरी दुनिया पे साबित कर दिया वो हमारे मकबूजा कश्मीर के लोगों ने साबित कर दिया कि हम कश्मीरी हैं हमारा बंदा कोशिश करे कि वो होटल पे बहरा में नहीं ना करे टेबल में ही ना करे और अपनी जो हमारे लीडर रहे ना लीडर इनको बोलो बाहर मुल्क में जाते हो दाड़ियां रख जाने तुम इनको मुच्छो रखा अफगानियों को देखो अफगानियों को ये पगड़ी ऊपर दाढ़ी छोटा सलवार ऊपर और अंग्रेज कहते हैं हे मौलवी साहब इधर बैठो हम कहते उधर बैठेगा बोला इधर शराब नहीं रखा है अच्छा सर शराब नहीं रखता मैं तो डोडा है निस्ती हूँ सर इधर बैठो इधर टेबल लगा ऐसा लगाते ऐसे जिन अंग्रेजों को मारने के लिए नेटो पूरी दुनिया की फौजें आई 41 मुल्क की फौजें आई उन्होंने कहा हम अफगानियों को मिटाएंगे भाई मिटे और मिटे क्यों नहीं मिटे उनके पास सच है और अपना ईमान है और जबान है अच्छा चलो मैं गपशप काफी हुई मुख्तसर कर रहे हैं काफी लंबी हुई मुख्तसर मुद्दे की तरफ आने 5 अगस्त रियासत जम्मू कश्मीर की जड़ी जुग्राफियाई हैसियत इंडिया इस वक्त तुम देखने के हर जगह मुजाहरे होने बिलखसूस जम्मू कश्मीर लिबरेशन फ्रंट के जवान आए तुसे नाल मौजूद थे और इस वक्त रात इस सर्दी ने कह रहे तुसे कहने बिल्कुल इस वक्त शाना बशाना खड़े थे इन्हें वास्ते मुख्तसर क्या पैगाम देने इन्हें इन्हें जज्बात वास्ते इन्हें की यह पैगाम देने कि आप ही भी इतने हुए पिछे जड़े दोस्त नहीं उन्हें की भी बोला है जड़े घर है बुढ़िया छोड़ी बच्चिया छोड़ी जड़े जवान भरा दे एक एक कर रहे बाकी सारे इतने आ चे जड़ी जड़ा असली पैगाम दा आप ही कुत्ता ना गच्छे आप ही कुत्ता ना गच्छे जड़े आए से उन्ने की भी ये गल बोने हो के आए से बढ़िया शोका जंजा करने दा आए ने से आई थे वैली मो दा इतने ध्यान सा के तू साथ लाई दे मुड़ी गया थी आए से दा लखे ही सा तो उन आस्ते थोड़े लिहाजा असे मुड़ी गिना नहीं ते तुस रोटी शोटी खाई दल शल कर भाई सारा की पैसे शेसे दे जल्दी मुड़ी इतने पहुंचा वरना तुसे नहीं सरिया पार्टिया कोई गुंजाश है नहीं कोई गुंजाश नहीं तो फिर अस तुसे की कश्मीरी भी अगर देखा ना चार संगी कठे गच्छे ने चार संगी कठे गच्छे ने ते दो ऊपर गच्छे लुकड़िए तो ही ऊपरा कपी कपी सट भून ते दो परोटिया इन नासी अच्छे ने तो उन्हें दो के ऊपर शेर खाई छोड़े तो आखें जी आस बड़े दिलेर दिया मैं समझना से बड़ी जाती थी बिगड़ती है ए बिगड़ती लिहाजा
पैसे बनाई घर सामान छोड़ी ओ बाहर तेड़े हो ये अंदर दे ते तुसे रात नहीं करने आखिर घाट भी जब होने होने सियाना उठे भी तो राती लोने सियाना कसी जाए आटा आटा दा घाट ता राती उठे सिस्टम ते गल ये है कि इतने अल्हम्दुलिल्लाह देवान लगी नहीं हो चाओ लगी नहीं सीमियों पकनियों अलवाओ पकना मच्छिया वाले ने भी कल को प्रोग्राम था और भी को अच्छे मतलब बंदे पिंडी तू लोर तू देखो परिणी और रोटियां ना बीचे को प्रॉब्लम नहीं सेना भी प्रॉब्लम नहीं और टेंट लगे ने इतने ऐसा लगे ने लोके आखिर के बस जिसको सा ज्यादा प्रॉब्लम सारे कहर तब मैं सारे दोस्तों की पैगाम देना है कि जड़े कहर पहुंचिया अगर गड्डियां नहीं कर सकने तो प्राइवेट गड्डियां चढ़ी मुजफ्फराबाद अच्छा मुजफ्फराबाद तू इतना अच्छा गैर मुआयना मुद्दत है ए, 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 पिंडाल लगावा जब तक कोई असं की माकूल गल ना जवाब नहीं या लाशों ते या आजादी ते या हथकड़ी मतलब आखिरी में कोई कला बला आखिरी क्या कर लिया सही हो हथकड़ी ला ली तो हम हथकड़ी पहनने के लिए अच्छा बोल रहा हूँ हथकड़ी पहनने के लिए तो अगर हमें मार पड़े तो मार खाने के लिए भी आंसू गैस खाने के लिए भी और आखिरी इनके पास हथियार है मुसलमान इंसानों को खत्म करने के लिए कि ये फांसी पे हमें चढ़ाएंगे तो खुदा की कसम हम फांसी पे चढ़ने के लिए भी हम उस कायद के मानने वाले हैं जिसकी लाश भी आज तक तहार जेल के अंदर कैद में है तो इंशाल्लाह हम यासीन मलक के साथ वफा करने वाले लोग हैं वो अगर 6 माह से कह दें तो हम 10 दिन के लिए 20 दिन के लिए 6 महीने के लिए कैद हो जाएं तो हमें इसकी परवाह नहीं।